ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮੈਂ ਸਮਝਦਾ ਪੰਜਾਬ ਦੇ ਉਹ ਕਿਸਾਨਾਂ ਦੇ ਮਸੀਹਾ ਪੰਜਾਬ ਦੇ ਹਰ ਵਰਗ ਦੇ ਚਹੇਤੇ ਅਤੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ PSIDC ਦਾ ਮੈਨੂੰ ਚੇਅਰਮੈਨ ਬਣਾਇਆ ਡਿਊਟੀ ਲਗਾਈ ਹੈ ਅਤੇ ਮੈਂ ਸਮਝਦਾ ਇੰਡਸਟਰੀ ਨੂੰ ਡਿਵੈਲਪਮੈਂਟ ਕਰਨ ਦੇ ਲਈ ਅਸੀਂ ਪੂਰੀ ਵਾਹ ਲਾਵਾਂਗੇ ਕਿਉਂਕਿ ਅਗਰ ਇੰਡਸਟਰੀ ਨੂੰ ਅਸੀਂ ਦਿਹਾਤ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਮੈਂ ਸਮਝਦਾ ਹੋਰ ਕਾਮਯਾਬ ਕਰਾਂਗੇ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਕਦਮ ਚੁੱਕਾਂਗੇ ਤਾਂ ਕਿ ਇੰਡਸਟਰੀ ਵੀ ਪ੍ਰਫੁੱਲਿਤ ਹੋਵੇ ਅਤੇ ਪੰਜਾਬ ਵੀ ਮਜ਼ਬੂਤ ਹੋਵੇ ਪੰਜਾਬ ਦੇ ਲੋਕ ਪੰਜਾਬ ਦੇ ਯੂਥ ਨੂੰ ਅਸੀਂ ਇੰਡਸਟਰੀ ਦੇ ਵਿੱਚ ਇੱਧਰ ਇਨਵੋਲਵ ਕਰ ਸਕੀਏ ਇਹ ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ 'ਚ ਮੈਂ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਇੰਡਸਟਰੀ ਮਿਨਿਸਟਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਨਾਂ ਜੀ ਗੁਰਬਚਨ ਗਰੇਵਾਲ ਆਲਸੋ ਨੋਨ ਐਜ਼ ਗੈਰੀ ਗਰੇਵਾਲ ਮੈਂ ਆਨਰੇਬਲ CM ਸਾਹਿਬ ਨੇ ਕੱਲ੍ਹ ਮੈਨੂੰ NRI ਕਮਿਸ਼ਨ ਦਾ ਮੈਂਬਰ ਅਪੁਆਇੰਟ ਕੀਤਾ ਕਿਉਂਕਿ CM ਸਾਹਿਬ ਨੂੰ ਇੰਨਾ ਕੁ ਅਹਿਸਾਸ ਹੋਇਆ ਕਿ ਵੀ ਗੈਰੀ ਦੋਨਾਂ ਸਾਈਡ ਇੱਧਰ ਅਤੇ NRI ਦੀ ਪ੍ਰੋਬਲਮ ਸਮਝਦਾ ਅਤੇ ਉਹ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਡਿਊਟੀ ਲਾਈ ਹੈ ਅਤੇ ਅਸੀਂ NRI ਲਈ ਜੋ ਵੀ ਵੱਧ ਤੋਂ ਵੱਧ ਕਰ ਸਕਦੇ ਹਾਂ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ ਉਹ ਕਰਾਂਗੇ ਬ੍ਰੇਕਿੰਗ ਨਿਊਜ਼ ਪੰਜਾਬ ਦੇ ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਸਰਬਜੀਤ ਮਨੇਸਰ ਦੀ ਰਿਪੋਰਟ